ਹੈਗੀ ਜੀ 22 ਤਰੀਕ ਹੈ ਨਾ, ਅੱਜ ਦੇ ਦਿਨ ਹੋਣਾ ਸੀਗਾ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੈ ਨਾ, ਤੇ ਉਹ ਵੀ ਯਾਰ ਧਰਮ ਹੈ, ਸਾਰੇ ਧਰਮਾਂ ਨੂੰ ਬਰੋਬਰ ਰੱਖ ਕੇ ਚੱਲਿਆ ਕਰੋ ਹੈ ਨਾ। ਤੇ ਬਾਕੀ ਹੁਣ ਦੂਜੀ ਗੱਲ ਕਰਾਂਗੇ ਭਾਂਦੇ ਸਿੱਧੂ ਬਾਈ ਬਾਰੇ ਹੈ ਨਾ। ਲੋਕਾਂ ਦੇ ਦਿਲ ਪਤਾ ਨਹੀਂ ਕਿਹੋ ਜਿਹੇ ਹੋ ਗਏ ਆ ਕਿ ਜਦੋਂ ਆਪਣਾ ਮਤਲਬ ਹੁੰਦਾ ਉਦੋਂ ਬੰਦੇ ਕੋਲ ਜਾਂਦੇ, ਜਦੋਂ ਉਹਦੇ ਤੇ ਮੁਸੀਬਤ ਆਉਂਦੀ ਹੈ ਕੋਈ ਉਹਦੇ ਕੋਲ ਨਹੀਂ ਜਾਂਦਾ ਕੋਈ। ਤੇ ਬਹੁਤ ਗੱਲਾਂ ਵੀ ਸੁਣੀਆਂ ਮੈਂ ਲੋਕਾਂ ਕੋਲੋਂ, ਤੇ ਮੈਂ ਇੱਥੇ ਤੱਕ ਆਉਣ 'ਚ ਵੀ ਮੇਰੀ ਬਹੁਤ ਮਿਹਨਤ ਲੱਗੀ ਹੈ ਹੁਣ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਸਾਰੇ ਜਿੰਨੇ ਸਬਸਕ੍ਰਾਈਬਰ ਆ ਉਹਨਾਂ ਤੋਂ ਮੈਂ ਅੱਜ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਤੁਸੀਂ ਬਾਕੀ ਜੱਜ ਕਰ ਹੀ ਲਿਆ ਹੋਣਾ ਵਲੌਗ ਅੱਜ ਦਾ ਕਿਹਦੇ ਉੱਤੇ ਆ, ਥੰਬਨੇਲ ਤੋਂ ਚੈੱਕ ਕਰ ਹੀ ਲਿਆ ਹੋਣਾ। ਤੇ ਬਾਕੀ ਜੇ ਨਹੀਂ ਤੁਹਾਨੂੰ ਹਜੇ ਚੈੱਕ ਕਰਿਆ ਥੰਬਨੇਲ, ਸਿੱਧਾ ਡਾਇਰੈਕਟ ਵੀਡੀਓ ਤੋਂ ਆਏ ਆ, ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਬਾਈ ਤੁਹਾਡੀ ਸਪੋਰਟ ਦੇ ਨਾਲ ਆਪਣੇ ਯੂਟਿਊਬ ਚੈਨਲ ਦੇ ਉੱਪਰ 2000 ਸਬਸਕ੍ਰਾਈਬਰ ਕੰਪਲੀਟ ਹੋ ਗਏ ਬਾਈ, 2000 2K ਹੋ ਗਏ ਆਪਣੇ। ਤੇ ਬਹੁਤ ਹੀ ਤੁਸੀਂ ਸਪੋਰਟ ਦਿਖਾਈ ਆ ਹਲੇ ਤੱਕ ਜਦੋਂ ਦੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਤੇ ਜਿਹੜੇ ਨਵੇਂ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ, ਤੇ ਜਿਹੜੇ ਹੁਣੇ ਆ ਵੀਡੀਓ ਤੋਂ ਆਏ ਆ ਤੇ ਹੁਣੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ, ਤੇ ਘੈਂਟ ਘੈਂਟ ਵਲੌਗ ਦੇਖਣ ਵਾਸਤੇ ਬੈਲ ਆਈਕਨ ਨਾਲ ਦੀ ਨਾਲ ਦੱਬ ਲਓ। ਤੇ ਬਾਕੀ ਕਰਦੇ ਆ ਆਪਾਂ ਆਪਣੇ ਦਿਨ ਨੂੰ ਸਟਾਰਟ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਡੇਲੀ ਸਿੰਘ ਸ਼ਹੀਦਾਂ ਸੋਹਾਣਾ ਜਾਈਦਾ ਮੱਥਾ ਟੇਕਣ ਹੈ ਨਾ, ਉੱਥੇ ਚੱਲਦੇ ਆ ਜਾ ਕੇ ਉੱਥੋਂ ਦਿਨ ਦੀ ਸ਼ੁਰੂਆਤ ਕਰਦੇ ਆ ਮਹਾਰਾਜ ਦੇ ਘਰੋਂ, ਤੇ ਚੱਲੀਏ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ। ਸੁਖ ਤੇਰਾ ਦਿੱਤਾ ਲਈਏ। ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਸੀਗੇ, ਤੇ ਬਾਕੀ ਅੱਜ ਦੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆ ਨਾ। ਅੱਜ ਕੋਈ ਵਲੌਗ ਨਹੀਂ ਬਣਾਉਂਦੇ, ਅੱਜ ਥੋੜੀ ਜਿਹੀਆਂ ਗੱਲਾਂ ਕਰਦੇ ਆ ਤੁਹਾਡੇ ਨਾਲ ਕਿ ਜਿਹੜੀ ਮੇਰੀ ਜਰਨੀ ਆ ਯੂਟਿਊਬ ਦੀ ਉਹ ਕਿਵੇਂ ਰਹੀ ਆ, ਕੀ ਕੁਛ ਸੁਣਨ ਨੂੰ ਮਿਲਿਆ। ਤੇ ਉਹ ਤੋਂ ਪਹਿਲਾਂ ਥੋੜੀ ਜਿਹੀ ਗੱਲ ਕਰਾਂਗੇ, ਅੱਜ ਹੈਗੀ ਜੀ 22 ਤਰੀਕ ਹੈ ਨਾ, ਅੱਜ ਦੇ ਦਿਨ ਹੋਣਾ ਸੀਗਾ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੈ ਨਾ ਮੋਦੀ ਜੀ ਵੱਲੋਂ। ਤੇ ਬਾਕੀ ਬਹੁਤ ਵਧੀਆ ਗੱਲ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਿੰਦੂ ਧਰਮ ਨੂੰ। ਤੇ ਹੁਣ ਇਹਦੇ ਉੱਤੇ ਗੱਲ ਕਰਾਂਗੇ ਥੋੜੀ ਜਿਹੀ ਯਾਰ, ਪੰਜਾਬ ਸਰਕਾਰ ਦੀ ਤੇ ਸਾਰੀਆਂ ਸਰਕਾਰਾਂ ਦੀ ਤੋਂ ਥੋੜੀ ਨਾਰਾਜ਼ਗੀ ਇਹ ਹੈ ਕਿ ਅੱਜ ਦੇ ਦਿਨ ਅਯੋਧਿਆ ਤੇ ਰਾਮ ਮੰਦਿਰ ਹੀ ਕਰਕੇ ਅੱਜ ਸਾਰੇ ਇੰਡੀਆ ਦੇ ਵਿੱਚ ਠੇਕੇਦਾਰੂ ਦੇ ਤੇ ਮੀਟ ਦੀਆਂ ਦੁਕਾਨਾਂ ਬੰਦ ਹੈ। ਕਿਉਂ ਬੰਦ ਹੈ ਕਿ ਅੱਜ ਪਵਿੱਤਰ ਦਿਨ ਹੈ, ਹਨਾ ਜੀ, ਸ਼੍ਰੀ ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੈ, ਬਹੁਤ ਵਧੀਆ ਚੀਜ਼ ਕੀਤੀ। ਪਰ ਜਦੋਂ ਸਿੱਖ ਧਰਮ ਤੇ ਜਿਵੇਂ ਸ਼ਹੀਦਾਂ ਦੇ ਦਿਨ ਆਉਂਦੇ ਆ, ਉਹ ਵੀ ਬਹੁਤ ਪਵਿੱਤਰ ਦਿਨ ਹੈ, ਹਨਾ ਜੀ, ਬਹੁਤ ਪਵਿੱਤਰ ਦਿਨ ਹੈ। ਤੇ ਜਿੱਦਣ ਮੁਸਲਮਾਨਾਂ ਮੁਸਲਿਮ ਧਰਮ ਦੀ ਈਦ ਹੁੰਦੀ ਹੈ, ਉਹ ਵੀ ਬੜੀ ਪਵਿੱਤਰ ਆ ਉਹਨਾਂ ਵਾਸਤੇ, ਹਨਾ। ਤੇ ਇਹ ਦਿਨਾਂ ਦੇ ਉੱਤੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਬੰਦ ਹੋਣੇ ਚਾਹੀਦੇ ਸਾਰੇ ਇੰਡੀਆ ਦੇ ਵਿੱਚ ਠੇਕੇ ਤੇ ਮੀਟ ਦੀਆਂ ਦੁਕਾਨਾਂ, ਹਨਾ। ਤੇ ਉਹ ਵੀ ਯਾਰ ਧਰਮ ਹੈ, ਸਾਰੇ ਧਰਮਾਂ ਨੂੰ ਬਰੋਬਰ ਰੱਖ ਕੇ ਚੱਲਿਆ ਕਰੋ, ਹਨਾ। ਤੇ ਇਹ ਅਪੀਲ ਕਰਦੇ ਹਾਂ ਸਰਕਾਰਾਂ ਨੂੰ, ਤੁਸੀਂ ਵੀ ਸਾਰੇ ਅਪੀਲ ਕਰਿਆ ਕਰੋ। ਤੇ ਜੇ ਅਸੀਂ ਇਨਫਲੂਐਂਸਰ ਬਣੇ ਆ, ਸਾਡਾ ਇਹ ਹੱਕ ਹੈ ਕਿ ਇਹ ਅਪੀਲਾਂ ਕਰਨੀਆਂ, ਹਨਾ, ਕਿਉਂਕਿ ਸਾਨੂੰ ਵੀ ਕੋਈ ਆਡੀਅੰਸ ਦੇਖਦੀ ਆ। ਹੁਣ ਮੇਰੇ ਸਬਸਕ੍ਰਾਈਬਰ ਜਿੰਨੇ ਆ 2000 ਸਬਸਕ੍ਰਾਈਬਰ ਆ, ਉਹਦੇ ਵਿੱਚੋਂ ਪਤਾ ਨਹੀਂ ਕੌਣ ਕਿਹੜੇ ਧਰਮ ਤੋਂ, ਕੋਈ ਸਾਰੇ ਰਿਸਪੈਕਟ ਕਰਦੇ, ਹਨਾ। ਐਵੇਂ ਥੋੜੀ ਹੌਲੀ ਸਾਰਿਆਂ ਕੋਲੇ ਗੱਲਾਂ ਪਹੁੰਚਦੀਆਂ, ਹਰ ਕਿਸੇ ਦਾ ਅੱਜ ਕੱਲ੍ਹ ਦਿਮਾਗ ਸਹੀ ਤਰੀਕੇ ਚੱਲਣ ਲੱਗ ਪਿਆ, ਹਨਾ, ਸਾਰੇ ਸਿਆਣੇ ਹੋ ਗਏ ਆ। ਤੇ ਬਾਕੀ ਹੁਣ ਦੂਜੀ ਗੱਲ ਕਰਾਂਗੇ ਭਾਂਦੇ ਸਿੱਧੂ ਬਾਈ ਬਾਰੇ, ਹਨਾ। ਭਾਂਦਾ ਸਿੱਧੂ ਬਾਈ ਇੰਨੀ ਹੈਲਪ ਕਰਦਾ ਸਾਰਿਆਂ ਦੀ, ਤੇ ਜਦੋਂ ਅੱਜ ਦੇ ਟਾਈਮ ਲੋਕਾਂ ਦੇ ਦਿਲ ਪਤਾ ਨਹੀਂ ਕਿਹੋ ਜਿਹੇ ਹੋ ਗਏ ਆ ਕਿ ਜਦੋਂ ਆਪਣਾ ਮਤਲਬ ਹੁੰਦਾ ਉਦੋਂ ਬੰਦੇ ਕੋਲ ਜਾਂਦੇ, ਜਦੋਂ ਉਹਦੇ ਤੇ ਮੁਸੀਬਤ ਆਉਂਦੀ ਹੈ ਕੋਈ ਉਹਦੇ ਕੋਲ ਨਹੀਂ ਜਾਂਦਾ, ਕੋਈ ਬਾਅਦ ਆਪਣਾ ਮਤਲਬ ਕੱਢ ਕੇ ਭੁੱਲ ਜਾਂਦਾ, ਹਨਾ। ਭਾਂਦਾ ਸਿੱਧੂ ਬਾਈ ਸਾਰਿਆਂ ਦੀ ਇੰਨੀ ਹੈਲਪ ਕਰਦਾ, ਹਨਾ, ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਆ ਉਹ ਬਾਈ ਕਰਦਾ। ਹੁਣ ਤੁਸੀਂ ਵੀਡੀਓ ਦੇਖ ਲਓ, ਦੇਖਿਆ ਵੀ ਹੋਣੀਆਂ ਭਾਂਦੇ ਸਿੱਧੂ ਬਾਈ ਦੇ ਘਰੇ ਇੰਨੀਆਂ ਗੱਡੀਆਂ ਦੀਆਂ ਰਸ਼
ਇਹਦਾ MLA ਮੰਤਰੀਆਂ ਦੇ ਘਰੇ ਨਹੀਂ ਹੁੰਦਾ, ਜਿੱਦਾਂ ਬਾਈ ਦੇ ਘਰੇ ਹੁੰਦਾ। ਕਿਸ ਵਾਸਤੇ ਹੁੰਦਾ? ਹੈਲਪ ਮੰਗਣ ਆਉਂਦੇ ਆ ਕਿ ਬਾਈ ਸਾਡੇ ਉਹ ਏਜੰਟ ਨੇ ਪੈਸੇ ਫੜ ਲਏ, ਉਹ ਏਜੰਟ ਨੇ ਖਾ ਲਏ ਪੈਸੇ, ਹੈ ਨਾ। ਬਾਈ ਨੇ ਪਤਾ ਹੀ ਨਹੀਂ ਕਿੰਨੇ ਜਣਿਆਂ ਦੇ ਪੈਸੇ ਵਾਪਸ ਕਰਵਾਏ ਆ, ਤੇ ਪਰ ਸਰਕਾਰ ਪਤਾ ਨਹੀਂ ਕੀ ਸੋਚਦੀ ਹੈ, ਕੀ ਸੋਚ ਕੇ ਦੁਬਾਰਾ ਬਾਈ ਨੂੰ ਫੜ ਲੈਂਦੇ ਆ ਨਾ। ਹੁਣ ਬਾਈ ਫੇਰ ਗ੍ਰਿਫਤਾਰ ਕਰ ਲਿਆ ਲੁਧਿਆਣਾ ਪੁਲਿਸ ਨੇ, ਤੇ ਬਾਈ ਨੂੰ ਹੁਣ ਲੋੜ ਹੈ ਤੁਹਾਡੀ ਸਾਰਿਆਂ ਦੀ, ਤੇ ਜਿਹੜੇ ਜਾ ਸਕਦੇ ਆ ਤਾਂ ਜਾਓ, ਜਿਹੜੇ ਨਹੀਂ ਜਾ ਸਕਦੇ ਤੇ ਵੱਧ ਤੋਂ ਵੱਧ ਵੀਡੀਓ ਬਣਾ ਕੇ ਹੈਸ਼ਟੈਗ ਸਟੈਂਡ ਵਿਦ ਪਾਨਾ ਸਿੱਧੂ ਪਾਇਆ ਪਾਓ, ਕਿ ਤੁਹਾਡੇ ਲਿੰਕ ਦੇ ਵਿੱਚ ਜਿਹੜੇ ਲੁਧਿਆਣੇ ਦੇ ਨੇੜੇ ਤੇੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ, ਕਿ ਜਾ ਕੇ ਬਾਈ ਦੇ ਨਾਲ ਖੜਨ, ਤੇ ਆਹ ਕੰਮ ਕਰਿਆ ਕਰੋ। ਬਾਈ ਤੁਸੀਂ ਸਾਰੇ ਝਿਜਕ ਜਾਂਦੇ ਆ, ਇੱਕ ਸਟੋਰੀ ਉਹ ਪਾਣੀ ਹੁੰਦੀ ਹੈ ਯਾਰ। ਹੁਣ ਤੁਸੀਂ ਕਹਿ ਦਈਏ ਕਿ ਆਹ ਫਲਾਣੇ ਦੀ ਸਟੋਰੀ ਪਾ ਦੇ, ਐ ਮਿੰਟ ਚ ਪਾ ਦੂੰਗੇ, ਕੋਈ ਐਂ ਨਜਾਇਜ਼ ਦਾ ਸਵਾਦ ਲੈਣ ਵਾਸਤੇ ਕਾਂਡ ਜਿਹਾ ਹੋ ਗਿਆ, ਦੇਖਣ ਵਾਸਤੇ ਸਭ ਜਾਂਦੇ ਆ, ਇਹੋ ਜਿਹੀਆਂ ਚੀਜ਼ਾਂ ਸ਼ੇਅਰ ਨਹੀਂ ਕਰਦੇ। ਕਰਿਆ ਕਰੋ ਯਾਰ ਸ਼ੇਅਰ, ਬਾਈ ਨੂੰ ਲੋੜ ਹੈ ਹੁਣ, ਹਨਾ। ਤੇ ਬਾਕੀ ਥੋੜੀ ਜਿਹੀ ਗੱਲ ਕਰਦੇ ਆ ਹੁਣ ਯੂਟਿਊਬ ਦੀ ਜਰਨੀ ਬਾਰੇ ਮੇਰੀ, ਹਨਾ। 0 to 2000 ਸਬਸਕ੍ਰਾਈਬਰ ਕਰਨ ਵਾਸਤੇ ਮੈਨੂੰ ਮੇਰੀ ਬਹੁਤ ਮਿਹਨਤ ਮੇਰੀ ਲੱਗੀ ਹੈ, ਹਨਾ। ਤੇ ਬਹੁਤ ਗੱਲਾਂ ਵੀ ਸੁਣੀਆਂ ਮੈਂ ਲੋਕਾਂ ਕੋਲੋਂ, ਤੇ ਬਹੁਤ ਕੁਝ ਸੁਣਿਆ। ਤੇ ਬਾਕੀ ਜਿਨ੍ਹਾਂ ਨੇ ਸਪੋਰਟ ਦਿਖਾਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਜਿਨ੍ਹਾਂ ਨੇ ਨਹੀਂ ਦਿਖਾਈ ਉਹਨਾਂ ਦਾ ਵੀ ਥੈਂਕ ਯੂ, ਤੇ ਬਾਕੀ ਘਰਦਿਆਂ ਦੀ ਵੀ ਸਪੋਰਟ ਰਹੀ ਪਿੱਛੋਂ, ਹਨਾ। ਤੇ ਪਹਿਲਾਂ ਨਹੀਂ ਸੀਗੀ, ਸੱਚ ਜੋ ਕਹਿੰਦੇ ਆ ਨਾ, ਪਹਿਲਾਂ ਹੈ ਨਹੀਂ ਸੀਗੀ ਸਪੋਰਟ। ਤੇ ਜਦ ਘਰਦਿਆਂ ਨੂੰ ਦਿਖਣ ਲੱਗਿਆ ਕਿ ਇਹ ਲਾਈਨ ਦੇ ਵਿੱਚ ਵੀ ਕੁਛ ਹੈਗਾ, ਦਿਖਿਆ ਉਹਨਾਂ ਨੂੰ, ਫਿਰ ਅਗਲੇ ਸਪੋਰਟ ਕਰਨ ਲੱਗ ਗਏ। ਤੇ ਕਈ ਲੋਕ ਕਰਤਾ ਦਿੰਦੇ ਆ ਕਿ ਬਾਈ ਕਿਆ ਕੰਮਾਂ 'ਚ ਰੱਖਿਆ ਕੀ ਸਾਰਾ ਕੁਛ। ਬਹੁਤ ਜਾਣਿਆਂ ਦੀ ਯੂਟਿਊਬ ਦੇ ਕਰਕੇ ਬਹੁਤ ਮਤਲਬ ਉਹਨਾਂ ਦੀ ਜ਼ਿੰਦਗੀ ਬਹੁਤ ਬਦਲ ਗਈ, ਹਨਾ। ਤੇ ਮੈਂ ਇੱਥੇ ਤੱਕ ਆਉਣ 'ਚ ਵੀ ਮੇਰੀ ਬਹੁਤ ਮਿਹਨਤ ਲੱਗੀ ਹੈ। ਹੁਣ ਲੋਕਾਂ ਨੇ ਕਹਿਣਾ ਤਾਂ ਹੈ ਇੰਨਾ ਖੁਸ਼ ਹੋ ਰਿਹਾ, 2000 ਹੀ ਹੋਏ ਆ ਬਾਈ, ਕਰਨ ਬੈਠੋ ਫਿਰ ਪਤਾ ਲੱਗਦਾ। 2000 ਬੰਦਾ ਆਪਣੇ ਨਾਲ ਜੋੜਨਾ, ਵਿਸ਼ਵਾਸ ਬਣਾ ਕੇ ਰੱਖਣਾ ਬਹੁਤ ਵੱਡੀ ਗੱਲ ਆ। ਹੁਣ ਤੁਸੀਂ ਆਹ ਵੀਡੀਓ ਦੇਖ ਰਹੇ ਹੋਵੋਗੇ ਜਾਂ ਹੋਰ ਮੇਰੇ ਵਲੌਗ ਦੇਖੇ ਹੋਣੇ 10-15 ਮਿੰਟ ਦੇ, 10 ਮਿੰਟ ਦੀ ਵੀਡੀਓ ਦੇ ਵਿੱਚ ਬੰਦੇ ਨੂੰ ਖੜਾ ਕੇ ਰੱਖਣਾ ਬਹੁਤ ਵੱਡੀ ਗੱਲ ਹੈ। ਕਿਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ, ਸੋਚ ਸਮਝ ਕੇ ਬੋਲਣਾ ਪੈਂਦਾ। ਇੱਕ ਵੀਡੀਓ ਬਣਾਉਣ ਵੇਲੇ ਵੀ ਕਿੰਨਾ ਦਿਮਾਗ ਲਾਉਣਾ ਪੈਂਦਾ, ਐਡੀਟਿੰਗ ਕਰਨ ਵੇਲੇ ਸਭ ਕੁਛ। ਬਸ ਲੋਕ ਮੂੰਹ ਹਿਲਾ ਦਿੰਦੇ ਆ 10 ਮਿੰਟ ਦੀ ਵੀਡੀਓ ਬਣਾਉਣ ਵਾਸਤੇ ਨਾ, ਤੁਹਾਡੇ ਵਾਸਤੇ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਲੱਗ ਜਾਂਦੇ ਆ, ਤੇ ਇੱਕ ਇੱਕ ਦਿਨ ਸ਼ੂਟ ਕਰਨ ਨੂੰ ਲੱਗ ਜਾਂਦਾ, ਪਤਾ ਨਹੀਂ ਕਿੰਨੇ ਕਿੰਨੇ ਘੰਟੇ ਐਡਿਟ ਕਰਨ ਨੂੰ ਲੱਗ ਜਾਂਦੇ ਆ। ਬਾਕੀ ਬਾਲਾ ਨਹੀਂ ਮੈਂ ਕੁਛ ਕਹੂੰਗਾ, ਪਹਿਲਾਂ ਇੱਕ ਮੈਂ ਤੁਹਾਨੂੰ ਵੀਡੀਓ ਕਲਿੱਪ ਚਲਾ ਦਿੰਦਾ 1-2 ਮਿੰਟ ਦੀ, ਉਹਦੇ ਵਿੱਚ ਮੈਂ ਸਾਰੀ ਜਰਨੀ ਆਪਣੀ ਦਿਖਾਊਂਗਾ, ਕਿੱਥੋਂ ਮੈਂ ਸ਼ੁਰੂ ਕਰੀ ਸੀ, ਕਿਹੋ ਕਿਹੋ ਜਿਹੇ ਕੰਟੈਂਟ ਬਣਾਏ ਸੀ ਮੈਂ, ਕਿਵੇਂ ਕਰਕੇ ਇੱਥੇ ਤੱਕ ਪਹੁੰਚਿਆ। ਅੱਗੇ ਵੀ ਤੁਸੀਂ ਸਪੋਰਟ ਕਰਨੀ ਆ ਨਾ, 10,000 ਤੁਸੀਂ ਉਹ ਕਰਨੇ ਹੁਣ ਅੱਗੇ ਅੱਗੇ। ਨੈਕਸਟ ਟਾਰਗੇਟ ਇਹ ਹੈ, ਮੈਂ ਹੁਣ ਛੋਟੇ ਛੋਟੇ ਟਾਰਗੇਟ ਨਹੀਂ ਤੁਹਾਨੂੰ ਦਊਂਗਾ ਕਿ 3,000-4,000, ਹੁਣ ਮੈਂ 10,000 ਟਾਰਗੇਟ ਦੇਣਾ। ਜਲਦੀ ਤੋਂ ਜਲਦੀ 10,000 ਸਬਸਕ੍ਰਾਈਬਰ ਕਰਵਾਓ, ਹਨਾ। ਤੇ ਮੈਂ ਆਹੀ ਤੁਹਾਡੇ ਨੂੰ ਕਹਿੰਦਾ, ਸਪੋਰਟ ਕਰੋ, ਹਨਾ। ਕਿਉਂਕਿ ਕਿਸੇ ਦੇ ਨਾਲ ਰਲ ਕੇ ਹੀ ਚੱਲਿਆ ਜਾਂਦਾ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਟੀਮ ਵਰਕ ਨਾਲ ਹੀ ਚੱਲ ਸਕਦਾ ਹਨਾ ਬੰਦਾ। ਤੇ ਬਾਕੀ ਪਹਿਲਾਂ ਤੁਸੀਂ ਮੇਰੀ ਜਰਨੀ ਪਹਿਲਾਂ ਦੇਖੋ ਬਾਈ। ਸਾਰੇ ਆਪਣਾ ਆਪਣਾ ਦੱਸੋ ਕਿ ਕਿਹੋ ਜਿਹਾ ਟ੍ਰਿਪ ਰਹਿ ਰਿਹਾ ਆਪਣਾ? ਬਹੁਤ ਵਧੀਆ ਵਧੀਆ, ਹਲੇ ਤਾਂ ਜਾ ਰਹੇ, ਅੱਗੇ ਅੱਗੇ ਦੇਖਦੇ ਆ। ਬਾਕੀ ਸਸਪੈਂਸ ਤੁਹਾਡੇ ਵਾਸਤੇ ਵੀ ਹੈ, ਸਾਡੇ ਵਾਸਤੇ ਵੀ ਬਹੁਤ ਸਸਪੈਂਸ ਹੈ। ਅੱਗੇ ਇੱਕ ਤੇ ਇੱਕ ਸੀਨ ਮਿਲਣਾ, ਪਰ ਨਹੀਂ ਪਤਾ ਉਹ ਗਰਮੀ ਆ ਜਾਣਾ। ਹਾਂ ਡਾਊਨ ਜੱਗੀ ਡਾਊਨ ਯੋ ਮਾਰਾ ਭੰਨਾ ਛੋਟਾ ਬਾਈ, ਫਿਲਮ ਦੇਖਦੇ ਹਾਂ ਫਿਰ ਕਿਹੋ ਜਿਹੀ ਹੁੰਦੀ ਆ। ਹੁਣ ਟਿਕਟਾਂ ਲੈਣ ਚੱਲੀਏ, ਹੈਨਾ ਨਾ। ਭੰਨਾ ਖੜਿਆ, ਫੋਟੋ ਨਹੀਂ ਮੈਂ ਖਿੱਚ ਰਿਹਾ, ਵਲੌਗ ਬਣ ਰਿਹਾ। ਮਨਜੀਤ ਵੀਰ ਨੇ ਸਿਰਾ ਕਰਤੀ ਦੀ ਯਾਰ, ਉੱਥੇ ਮੇਲੇ ਦੇ ਆਪਾਂ ਯਾਰ ਹੁਣ ਹੋਊ ਤਿਆਰ, ਫੋਟੋ ਸ਼ੂਟ ਚੱਲਣਾ।
ਐਣਕਾਂ ਸ਼ੈਣਕਾਂ ਲਾ ਕੇ ਹੁਣ ਸੈੱਟ ਹੋਊ ਐਣਕਾਂ ਸਿਰਾਂ ਲਾ ਇਹ ਦੇਖੀ ਹੁਣ ਇਹ ਹੁਣ ਹੋਊ ਤਿਆਰ ਇਹ ਆ ਦੇਖ ਜੱਸੜ ਬਾਈ ਆ ਦੇਖ ਇੱਧਰ ਵੀ ਉਤਰੀਆਂ ਸਲੋ ਮੌਸਮ 'ਚ ਤਾਰੀ ਚੈਨਲ ਦੇ ਉੱਪਰ ਅਤੇ ਜਿਹੜਾ ਨਵਾਂ ਆਇਆ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਅੱਜ ਦਾ ਵਲੌਗ ਹੈ ਜਿਹੜਾ ਅਤੇ ਉਹ ਰੈਂਡਮ ਜਿਹਾ ਵਲੌਗ ਬਣੂਗਾ ਅਤੇ ਬਾਕੀ ਹੁਣ ਆਪਾਂ ਜਿੱਤਿਆ ਇਹ ਕਿਸਮਤ ਮੇਰੀ ਮਾੜੀ ਤੀ ਚੱਲਦੀ ਪਰ ਐਂ ਆ ਪਹਿਲੀ ਉਹ ਸਟ੍ਰਾਈਕ ਮਾਰੀ ਦੀ ਬਾਹ ਉੱਤੇ ਬਾਅਦ ਨਜ਼ਰ ਲੱਗ ਲੱਗੀ ਮੇਰੀ ਹਾਂ ਬਾਕੀ ਹੁਣ ਖਾਣ ਪੀਣ ਚੱਲਦੇ ਹਾਂ ਇੱਧਰ ਵਿਊ ਹੈ ਆਪਾਂ ਵੀ ਫਸਟ ਟਾਈਮ ਆਏ ਹਾਂ ਉਰੇ ਜੰਗੇਸ਼ੂ ਊਂ ਜੰਗੇਸ਼ੂ ਆਏ ਹਾਂ ਜਿੱਥੇ ਆਏ ਹਾਂ ਲੋਕੇਸ਼ਨ 'ਤੇ ਉੱਥੇ ਪਹਿਲੀ ਵਾਰ ਆਏ ਹਾਂ ਦੇਖਦੇ ਕੀ ਐਕਸਪੀਰੀਅੰਸ ਹੁੰਦਾ ਬਾਕੀ ਜਾਂਦੇ ਹੁਣ ਪੈਦਲ ਪੈਦਲ ਥੋੜ੍ਹਾ ਜਿਹਾ ਚੱਲਦੇ ਬਣਾਇਆ ਆਹ ਕਲਿੱਪਾਂ ਦੇਖ ਲਓ ਆਹ ਕੰਮ ਕਰਦੇ ਆਏ ਹਾਂ ਅੱਗੇ ਥੋੜ੍ਹਾ ਮਜ਼ਾ ਆਇਆ ਤੇ ਬਾਕੀ ਹੁਣ ਜਾ ਬਹਾਨਾ ਮਾਰ ਰਿਹਾ ਬਾਜੀ ਬਹਾਨੇ ਦੇ ਹੈਗੇ ਆ 48 ਮੇਰੇ ਹੈਗੇ ਆ 44 ਬਹਾਨਾ ਮਾਰ ਰਿਹਾ ਬਾਜੀ ਪੂਰੀ ਪੂਰੀ ਚੱਲ ਇਹ ਦੇਖ ਲਈ ਜਰਨੀ ਮੇਰੀ ਕਿੱਥੋਂ ਦੀ ਮੈਂ ਕਿੱਥੇ ਤੱਕ ਪਹੁੰਚਿਆ ਉਸ ਟਾਈਮ ਤੇ ਮੇਰਾ ਬੋਲਣ ਦਾ ਤਰੀਕਾ ਕੀ ਸੀ ਤੇ ਹੁਣ ਮੇਰਾ ਬੋਲਣ ਦਾ ਤਰੀਕਾ ਕੀ ਆ ਉਸ ਟਾਈਮ ਮੇਰੇ ਮੂੰਹ ਤੇ ਕੌਨਫੀਡੈਂਸ ਕਿਹੋ ਜਿਹਾ ਸੀ ਤੇ ਹੁਣ ਮੇਰੇ ਮੂੰਹ ਤੇ ਕੌਨਫੀਡੈਂਸ ਕਿਹੋ ਜਿਹਾ ਤੇ ਬਾਈ ਮੈਂ ਆਹੀ ਅਪੀਲ ਕਰਦਾ ਨਾਲ ਨਾਲ ਜਿਹੜੇ ਆਪਣੇ ਯੰਗਸਟਰ ਆ ਕਿ ਬਾਈ ਯੂਟਿਊਬ ਨੂੰ ਕੋਈ ਛੋਟੀ ਚੀਜ਼ ਨਾ ਸਮਝੋ ਯੂਟਿਊਬ ਬਹੁਤ ਵੱਡੀ ਚੀਜ਼ ਹੈ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਹੈ ਤੇ ਅੱਜ ਦੇ ਟਾਈਮ ਤੇ ਕਮਾਈ ਦਾ ਸਾਧਨ ਵੀ ਬਹੁਤ ਵਧੀਆ ਇਹ ਹਨਾ ਜੇ ਸਹੀ ਤਰੀਕੇ ਨਾਲ ਕੰਮ ਕਰੋ ਤੇ ਹੁਣ ਮੈਂ ਵੀ ਹੈਗਾ ਹੁਣ ਇਸ ਲਾਈਨ ਦੇ ਵਿੱਚ ਚਲੋ ਪਿਆ ਮੈਂ ਤੁਸੀਂ ਕਹਿੰਦੇ ਹੋਗੇ ਨਾ ਬਹੁਤ ਹੌਲੀ ਹੌਲੀ ਗਰੋ ਹੋਇਆ ਥੋੜਾ ਜਿਹਾ ਗੈਪ ਪੈ ਗਿਆ ਕੰਮ ਕਾਰ ਵੀ ਦੇਖਣੇ ਪੈਂਦੇ ਆ ਵਾਇਰਲ ਹੋਣ ਨੂੰ ਮੱਝ ਹੋ ਜਾ ਕਿਸੇ ਕੰਟਰੋਵਰਸੀ 'ਚ ਵੜ ਕੇ ਹਨਾ ਪਰ ਮੈਂ ਆਪਾਂ ਉਹ ਕੰਮ ਨਹੀਂ ਕਰਨਾ ਹਮੇਸ਼ਾ ਜੇ ਤੁਸੀਂ ਯੂਟਿਊਬ 'ਤੇ ਆਉਣਾ ਤੇ ਸਹੀ ਤਰੀਕੇ ਨਾਲ ਆਇਓ ਤੇ ਭਾਵੇਂ ਟਾਈਮ ਤੁਹਾਨੂੰ ਲੱਗ ਜਾਵੇ ਪਰ ਸਹੀ ਤਰੀਕੇ ਨਾਲ ਹੀ ਚੱਲਿਓ ਕੰਟਰੋਵਰਸੀਆਂ ਇਹੋ ਜਿਹੇ ਕੰਮਾਂ 'ਚ ਨਾ ਵੜਿਓ ਜੇ ਵੜੇ ਉਹ ਸ਼ੋਰਟ ਟਰਮ ਵਾਸਤੇ ਰਹੂੰਗੇ ਜੇ ਸਹੀ ਤਰੀਕੇ ਨਾਲ ਚੱਲੇ ਤੇ ਹੌਲੀ ਹੌਲੀ ਚੱਲੇ ਲੌਂਗ ਟਰਮ ਵਾਸਤੇ ਚੱਲੂੰਗੇ ਠੀਕ ਹੈ ਤੇ ਬਾਕੀ ਐਂ ਮੈਂ ਕਈ ਜਾਣਿਆਂ ਨੂੰ ਫੋਲੋ ਕਰਦਾ ਆਪਣੇ ਪੰਜਾਬ ਦੇ ਸਭ ਤੋਂ ਵਧੀਆ ਮੈਨੂੰ ਇੱਥੇ ਵਲੌਗਰ ਲੱਗਦਾ ਪੰਜਾਬ ਦਾ ਆਪਣਾ ਵੀਰ ਰਾਮਗੜੀਆ ਬਾਈ ਹਨਾ ਅੰਮ੍ਰਿਤਸਰ ਤੋਂ ਬਹੁਤ ਵਧੀਆ ਕੰਟੈਂਟ ਬਣਾਉਂਦਾ ਬਾਈ ਹੌਲੀ ਹੌਲੀ ਚੱਲਿਆ ਸੀ ਤੇ ਹੁਣ ਦੇਖ ਲਓ ਤੇ ਜਿਹਨਾਂ ਜਿਹੜੇ ਬਹੁਤ ਛੇਤੀ ਚੱਲੇ ਆ ਬਹੁਤ ਜਲਦੀ ਵਾਇਰਲ ਹੋਏ ਉਹ ਹੁਣ ਬਹਿ ਗਏ ਆ ਉਹ ਬਾਈ ਬਹੁਤ ਟਾਈਮ ਤੋਂ ਚੱਲ ਰਿਹਾ ਤੇ ਐਵੇਂ ਹੀ ਨਹੀਂ ਉਹਦੇ ਡੇਢ ਮਿਲੀਅਨ ਸਬਸਕ੍ਰਾਈਬਰ ਹੋ ਗਏ ਬਹੁਤ ਵਧੀਆ ਬੰਦਾ ਕੰਟੈਂਟ ਬਣਾਉਂਦਾ ਐਵੇਂ ਹੀ ਆਪਾਂ ਹੌਲੀ ਹੌਲੀ ਚੱਲ ਰਹੇ ਹਾਂ ਨਾ ਕਈ ਜਣੇ ਮੈਨੂੰ ਕਹਿੰਦੇ ਆ ਆਹ ਕੰਟੈਂਟ ਬਣਾ ਲਾ ਫਲਾਣਾ ਕੰਟੈਂਟ ਬਣਾ ਲਾ ਆਹ ਟ੍ਰੈਂਡ ਤੇ ਚੱਲਦਾ ਉਵੇਂ ਨਹੀਂ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਹੌਲੀ ਚੱਲਾਂਗੇ ਐਵੇਂ ਬਸ ਤੁਸੀਂ ਸਪੋਰਟ ਬਣਾ ਕੇ ਰੱਖਿਓ ਤੇ ਅੱਗੇ ਆਪਾਂ ਹੀ ਚੱਲਾਂਗੇ ਤੇ ਦੂਜੀ ਗੱਲ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਾਈ ਇੱਥੇ ਤੱਕ ਮੈਨੂੰ ਪਹੁੰਚਾਉਣ ਵਾਸਤੇ ਮੈਨੂੰ ਉਮੀਦ ਨਹੀਂ ਸੀ ਕਿ ਇੱਥੇ ਤੱਕ ਵੀ ਮੈਂ ਪਹੁੰਚ ਜਾਊਂਗਾ ਤੇ ਸਿਰਫ ਤੁਹਾਡੇ ਕਰਕੇ ਪਹੁੰਚਿਆ ਘਰਦਿਆਂ ਦੀ ਹੈਲਪ ਕਰਕੇ ਪਹੁੰਚਿਆ ਸਭ ਤੋਂ ਵੱਡਾ ਥੈਂਕ ਯੂ ਮੇਰੇ ਯਾਰਾਂ ਦੋਸਤਾਂ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਦਿਖਾਈ ਤੇ ਮੈਨੂੰ
ਕੰਟੈਂਟ ਇੰਨੇ ਦੱਸੇ, ਇੰਨੇ ਮੇਰੇ ਕੰਟੈਂਟ ਕਢਾਏ। ਇੱਕ ਵਾਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦਾ ਸੀ ਨਾ ਬਈ ਮੈਂ ਆਹ ਚੀਜ਼ ਤੇ ਵੀਡੀਓ ਬਣਾਉਣੀ ਹੈ, ਤੇ ਇਹ ਮਿੰਟ 'ਚ ਹਾਜ਼ਰ ਕਰਕੇ ਦਿੰਦੇ ਸੀਗੇ, ਤੇ ਸਭ ਕੁਛ ਕਰਵਾਇਆ ਮੇਰੇ ਯਾਰਾਂ ਦੋਸਤਾਂ ਨੇ, ਮੇਰੇ ਮੰਮੀ ਡੈਡੀ ਨੇ, ਸਾਰਿਆਂ ਨੇ ਸਪੋਰਟ ਕਰੀ ਹੈ ਨਾ। ਤੇ ਇਹਨਾਂ ਤੇ ਵੀ ਵਿਸ਼ਵਾਸ ਬਣਾਉਣਾ ਬੜਾ ਔਖਾ ਸੀਗਾ। ਮੇਰੇ ਪਹਿਲਾਂ ਯਾਰ ਦੋਸਤ ਵੀ ਉਹਨੂੰ ਥੋੜ੍ਹਾ ਜਿਹਾ ਮਜ਼ਾਕ ਕਰਦੇ ਹੁੰਦੇ ਸੀਗੇ, ਤੇ ਹੁਣ ਜਦ ਅਗਲਿਆਂ ਨੂੰ ਦਿਖਣ ਲੱਗਿਆ ਕਿ ਬਈ ਮਿਹਨਤ ਕਰ ਰਿਹਾ ਮੁੰਡਾ, ਤੇ ਹੁਣ ਉਹ ਵੀ ਸਪੋਰਟ ਕਰਨ ਲੱਗ ਗਏ ਆ। ਤੇ ਬਾਕੀ ਤੁਸੀਂ ਵੀ ਐਂ ਸਪੋਰਟ ਕਰਦੇ ਰਹੋ, ਤੇ ਇੱਕ ਵਾਰ ਮੈਂ ਫੇਰ ਤੁਹਾਨੂੰ ਬਾਰ ਬਾਰ ਯਾਰ ਜਿੰਨਾ ਤੁਹਾਡਾ ਥੈਂਕ ਯੂ ਕਰਾਂ ਘੱਟ ਆ ਹਨਾ। ਬਾਕੀ ਆਹੀ ਵੀਡੀਓ ਅੱਜ ਦੀ ਆਹੀ ਸੀਗੀ ਹਨਾ, ਕੋਈ ਵਲੌਗ ਨਹੀਂ ਸੀਗਾ। ਅੱਗੇ ਅੱਗੇ ਦੇਖਦੇ ਹਾਂ, ਕਰਦੇ ਹਾਂ ਪਲੈਨ, ਟਾਈਮ ਕੱਢ ਕੇ ਵੀਡੀਓ ਬਣਾਵਾਂਗੇ ਹਨਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਵਲੌਗ ਦੇ ਵਿੱਚ। ਟਿਲ ਦੈਨ ਬੱਬਾ ਰੱਬ ਰੱਖਾ।